असी वीरो बाबा जी की वीडियो देखी थी। ये बाबा जी किरती बंदे आ, मेहनत करने वाले बंदे आ। असी अज इत्थे आए थे इन्हां दी मदद करन। असी नहीं जी, गुरु नानक देव जी महाराज ने जो सानू दिता काल खाए कुछ हाथ दे नानक राह पछाणे से, असी उस गुरु देव महाराज के दते हुए खजाने चो कुछ इन्हां दी मदद करके चले आ। मदद तां करने जिहड़ा किरत करदा बंदा उहनू प्रॉब्लम आ। साडा फर्ज बनता समाज का भी इहो जिहे बंदिआं दी आपां जरूर बांह फड़ीए। तो बाकी असी होर वीरां नूं कहिंदे आ जिन्हां नूं कोई लोड़वंद जिस बंदे नूं लोड़ आ उस बंदे दी जरूर मदद करी जावे। धन्नवाद इन्हां वीरां दा, मीडिया वालिआं दा जिहड़े हमेशा ही आके कोई चंगी खबर समाज नूं दिखाउंदे आ ते साडे वर्गे बंदे नूं जागरूक करदे आ। असी इत्थे आके पहुंचे आ, इन्हां दी मदद करके चले आ। श्री वाहिगुरू जी का खालसा, वाहिगुरू जी की फतह। राजपुरा दे फुहारा चौंक दे नाल बाबा नानक सिंह जी 75 साल दे बैठे हन। जिहड़े 75 साल दे बैठे तो गोलियां ते टॉफियां बेच के अपना घर का गुजारा करदे हन। इन्हां दी इक खबर न्यूज़ 18 दे उपर लगाई गई सी जिहदा बड़ा असर होया। तो एक NRI वीर ने इन्हां दे नाल आ के इन्हां दी हैल्प की हैगी है ते इन्हां दे नाल गलबात करते हैगे आ। सत की नाम तुहाडा? नानक सिंह जी। ਤਾਂ ਜਿਹੜੀ ਅਸੀਂ ਖਬਰ ਲਾਈ ਸੀ ਉਹਦਾ ਕੋਈ ਅਸਰ ਹੋਇਆ? ਅਸਰ ਹੋਇਆ ਜੀ। ਇੱਕ ਬਾਊ ਜੀ ਸਵੇਰੇ ਆਏ ਸੀ, ਸਰਦਾਰ ਜੀ ਵੀ ਨਾਲ ਸੀ ਰੋਪੜ ਤੋਂ। ਉਹਨਾਂ ਨੇ ਹਾਲ ਚਾਲ ਪੁੱਛਿਆ ਅਤੇ 5000 ਦੀ ਸੇਵਾ ਕਰ ਗਏ। ਅਤੇ ਅਸੀਂ ਸ਼ੂਗਰ ਦੇ ਮਰੀਜ਼ ਸੀ, ਉਹਨਾਂ ਨੂੰ ਸਰਟੀਫਿਕੇਟ ਦਿਖਾਇਆ, ਕਹਿੰਦੇ ਸਰਟੀਫਿਕੇਟ ਦੀ ਕੋਈ ਨਹੀਂ, ਠੀਕ ਹੈ, ਸਾਨੂੰ ਪਰਮਾਤਮਾ ਨੇ ਭੇਜਿਆ। ਉਹ ਕੰਬਲ ਕੁੰਬਲ ਕਹਿੰਦੇ ਸੀ ਲੈ ਲਓ, ਅਸੀਂ ਕੰਬਲ ਕੁੰਬਲ ਨਹੀਂ ਲਏ, ਕੰਬਲ ਹੈ ਸੀ ਆਪਣੇ ਕੋਲ, ਬਿਸਤਰ ਸਾਰੀ ਕੋਈ ਚੀਜ਼ ਸੀ ਉਹ ਆਪਣੀ। ਅਸੀਂ ਫਿਰ ਵੀ ਉਹਨਾਂ ਨੂੰ ਕਿਹਾ ਅਸੀਂ ਕਿਸੇ ਤੋਂ ਮੰਗਦੇ ਨਹੀਂ ਹਾਂ, ਫਿਰ ਵੀ ਆਪਣੀ ਉਹ ਖੁਸ਼ੀ ਨਾਲ ਸੇਵਾ ਕਰ ਗਏ। ਅਸੀਂ ਵੀਰੋ ਬਾਬਾ ਜੀ ਦੀ ਵੀਡੀਓ ਦੇਖੀ ਸੀ। ਇਹ ਬਾਬਾ ਜੀ ਕਿਰਤੀ ਬੰਦੇ ਆ, ਮਿਹਨਤ ਕਰਨ ਵਾਲੇ ਬੰਦੇ ਆ। ਅਤੇ ਅਸੀਂ ਅੱਜ ਇੱਥੇ ਆਏ ਅਤੇ ਇਹਨਾਂ ਦੀ ਮਦਦ ਕਰਨ। ਅਸੀਂ ਨਹੀਂ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਸਾਨੂੰ ਦਿੱਤਾ ਕਾਲ ਖਾਏ ਕੁਛ ਹੱਥ ਦੇ ਨਾਨਕ ਰਾਹ ਪਛਾਣੇ ਸੇ, ਅਸੀਂ ਉਸ ਗੁਰੂ ਦੇਵ ਮਹਾਰਾਜ ਦੇ ਦਿੱਤੇ ਹੋਏ ਖਜ਼ਾਨੇ 'ਚੋਂ ਕੁਛ ਇਹਨਾਂ ਦੀ ਮਦਦ ਕਰਕੇ ਚੱਲੇ ਆ। ਮਦਦ ਤਾਂ ਕਰਨੇ ਜਿਹੜਾ ਕਿਰਤ ਕਰਦਾ ਬੰਦਾ ਉਹਨੂੰ ਪ੍ਰੋਬਲਮ ਆ। ਸਾਡਾ ਫਰਜ਼ ਬਣਦਾ ਸਮਾਜ ਦਾ ਵੀ ਇਹੋ ਜਿਹੇ ਬੰਦਿਆਂ ਦੀ ਆਪਾਂ ਜ਼ਰੂਰ ਬਾਂਹ ਫੜੀਏ। ਅਤੇ ਬਾਕੀ ਅਸੀਂ ਹੋਰ ਵੀਰਾਂ ਨੂੰ ਕਹਿੰਦੇ ਵੀ ਜਿਹਨਾਂ ਨੂੰ ਕੋਈ ਲੋੜਵੰਦ ਜਿਸ ਬੰਦੇ ਨੂੰ ਲੋੜ ਆ ਉਸ ਬੰਦੇ ਦੀ ਜ਼ਰੂਰ ਮਦਦ ਕਰੀ ਜਾਵੇ। ਧੰਨਵਾਦ ਇਹਨਾਂ ਵੀਰਾਂ ਦਾ, ਮੀਡੀਆ ਵਾਲਿਆਂ ਦਾ ਜਿਹੜੇ ਹਮੇਸ਼ਾ ਹੀ ਆ ਕੇ ਕੋਈ ਚੰਗੀ ਖਬਰ ਸਮਾਜ ਨੂੰ ਦਿਖਾਉਂਦੇ ਆ ਅਤੇ ਸਾਡੇ ਵਰਗੇ ਬੰਦਿਆਂ ਨੂੰ ਜਾਗਰੂਕ ਕਰਦੇ ਆ। ਅਸੀਂ ਇੱਥੇ ਆ ਕੇ ਪਹੁੰਚੇ ਆ, ਇਹਨਾਂ ਦੀ ਮਦਦ ਕਰਕੇ ਚੱਲੇ ਆ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਪੁਰਾ ਦੇ ਫੁਹਾਰਾ ਚੌਂਕ ਦੇ ਨਾਲ ਬਾਬਾ ਨਾਨਕ ਸਿੰਘ ਜੀ 75 ਸਾਲ ਦੇ ਬੈਠੇ ਹਨ। ਜਿਹੜੇ 75 ਸਾਲ ਦੇ ਬੈਠੇ ਤਾਂ ਗੋਲੀਆਂ ਅਤੇ ਟੋਫੀਆਂ ਵੇਚ ਕੇ ਆਪਣਾ ਘਰ ਦਾ ਗੁਜ਼ਾਰਾ ਕਰਦੇ ਹਨ। ਅਤੇ ਇਹਨਾਂ ਦੀ ਇੱਕ ਖਬਰ ਨਿਊਜ਼ 18 ਦੇ ਉੱਪਰ ਲਗਾਈ ਗਈ ਸੀ ਜਿਹਦਾ ਬੜਾ ਅਸਰ ਹੋਇਆ। ਅਤੇ ਇੱਕ NRI ਵੀਰ ਨੇ ਇਹਨਾਂ ਦੇ ਨਾਲ ਆ ਕੇ ਇਹਨਾਂ ਦੀ ਹੈਲਪ ਕੀਤੀ ਹੈਗੀ ਹੈ ਅਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹੈਗੇ ਆ। ਸਤ ਕੀ ਨਾਮ ਤੁਹਾਡਾ? ਨਾਨਕ ਸਿੰਘ ਜੀ। ਤਾਂ ਜਿਹੜੀ ਅਸੀਂ ਖਬਰ ਲਾਈ ਸੀ ਉਹਦਾ ਕੋਈ ਅਸਰ ਹੋਇਆ? ਅਸਰ ਹੋਇਆ ਜੀ। ਇੱਕ ਬਾਊ ਜੀ ਸਵੇਰੇ ਆਏ ਸੀ, ਸਰਦਾਰ ਜੀ ਵੀ ਨਾਲ ਸੀ ਰੋਪੜ ਤੋਂ। ਉਹਨਾਂ ਨੇ ਹਾਲ ਚਾਲ ਪੁੱਛਿਆ ਅਤੇ 5000 ਦੀ ਸੇਵਾ ਕਰ ਗਏ। ਅਤੇ ਅਸੀਂ ਸ਼ੂਗਰ ਦੇ ਮਰੀਜ਼ ਸੀ, ਉਹਨਾਂ ਨੂੰ ਸਰਟੀਫਿਕੇਟ ਦਿਖਾਇਆ, ਕਹਿੰਦੇ ਸਰਟੀਫਿਕੇਟ ਦੀ ਕੋਈ ਨਹੀਂ, ਠੀਕ ਹੈ, ਸਾਨੂੰ ਪਰਮਾਤਮਾ ਨੇ ਭੇਜਿਆ। ਉਹ ਕੰਬਲ ਕੁੰਬਲ ਕਹਿੰਦੇ ਸੀ ਲੈ ਲਓ, ਅਸੀਂ ਕੰਬਲ ਕੁੰਬਲ ਨਹੀਂ ਲਏ, ਕੰਬਲ ਹੈ ਸੀ ਆਪਣੇ ਕੋਲ, ਬਿਸਤਰ ਸਾਰੀ ਕੋਈ ਚੀਜ਼ ਸੀ ਉਹ ਆਪਣੀ। ਅਸੀਂ ਫਿਰ ਵੀ ਉਹਨਾਂ ਨੂੰ ਕਿਹਾ ਅਸੀਂ ਕਿਸੇ ਤੋਂ ਮੰਗਦੇ ਨਹੀਂ ਹਾਂ, ਫਿਰ ਵੀ ਆਪਣੀ ਉਹ ਖੁਸ਼ੀ ਨਾਲ ਸੇਵਾ ਕਰ ਗਏ।